ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਦੁਪਹਿਰ ਲਗਭਗ 12 ਵਜੇ ਦੋਸਾਂਝ ਕਲਾਂ ਤੋਂ ਫਗਵਾੜਾ ਮੇਨ ਰੋਡ ਤੇ ਪਿੰਡ ਕੋਟਲੀ ਖੱਕੀਆਂ ਦੇ ਨਜ਼ਦੀਕ ਦੋ ਸਵਿਫਟ ਕਾਰਾਂ ਅਤੇ I-20 ਕਾਰ ਦੀ ਸਿੱਧੀ ਤੇ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਤਿੰਨੇ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਪਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਗਵਾੜਾ ਸਾਈਡ ਤੋਂ ਆ ਰਹੀ ਸਵਿਫਟ ਕਾਰ ਚਾਲਕ ਮੁਨੀਸ਼ਪੁਰੀ ਪੁੱਤਰ ਸੁਭਾਸ਼ਪੁਰੀ ਵਾਸੀ ਅਰਬਨ ਸਟੇਟ ਫਗਵਾੜਾ ਨੇ ਦੱਸਿਆ ਕਿ ਉਸਦਾ ਦੋਸਾਂਝ ਕਲਾਂ ਵਿਖੇ ਮੈਡੀਕਲ ਸਟੋਰ ਹੈ। ਜਦੋਂ ਪਿੰਡ ਕੋਟਲੀ ਖੱਕੀਆਂ ਦੇ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਅਤੇ ਫਗਵਾੜਾ ਸਾਈਡ ਤੋਂ ਜਾ ਰਹੀ I-20 ਕਾਰ ਦੀ ਸਿੱਧੀ ਤੇ ਭਿਆਨਕ ਟੱਕਰ ਹੋ ਗਈ। ਟੱਕਰ ਹੋਣ ਉਪਰੰਤ ਇੱਕ ਕਾਰ ਮੇਰੀ ਸਵਿਫਟ ਕਾਰ 'ਚ ਆ ਵੱਜੀ, ਜਿਸ ਕਾਰਨ ਮੇਰੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਚੌਂਕੀ ਮੇਲੀ ਦੇ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਵਾੜੇ ਤੋਂ ਆ ਰਿਹਾ ਸੀ, ਮੇਰੀ ਸਾਂਝਾ ਦੁਕਾਨ ਆ, ਮੈਂ ਸਾਂਝਾ ਆਪਣੇ ਕੰਮ 'ਤੇ ਜਾ ਰਿਹਾ ਸੀ। ਇੱਕ ਗੱਡੀ ਇੱਧਰੋਂ ਆ ਰਹੀ ਸੀਗੀ, I-20 ਸੀਗੀ, ਉਹ ਸਾਂਝਾ ਨੂੰ ਜਾ ਰਹੀ ਸੀ, ਇੱਕ ਉੱਧਰੋਂ ਸਵਿਫਟ ਆ ਰਹੀ ਸੀਗੀ ਅਤੇ ਮੈਂ ਵੀ ਆਪਣੇ ਸਾਂਝਾ ਨੂੰ ਜਾ ਰਿਹਾ ਸੀ। ਇਹ ਦੋਨੇ ਗੱਡੀਆਂ I-20 ਦੇ ਸਵਿਫਟ ਦੇ ਵਿੱਚ ਪਤਾ ਨਹੀਂ ਕਿੱਦਾਂ ਭਿੜਤ ਹੋਈ ਹੈ, ਮੈਂ ਬਹੁਤ ਪੁੱਛਿਆ ਸੀ ਇੱਦਾਂ ਮੈਨੂੰ ਪੁੱਛਿਆ। ਮੈਂ ਇੱਦਾਂ ਇਹਨਾਂ ਦੀ ਗੱਡੀ ਟੱਕਰ ਹੋਈ, ਉਹਨਾਂ ਦੀ ਗੱਡੀ ਸਵਿਫਟ ਪੂਰੀ ਘੁੰਮ ਕੇ ਆ ਕੇ ਮੇਰੇ ਵਿੱਚ ਵੱਜੀ। ਮੇਰੀ ਗੱਡੀ ਇੰਨੀ ਜ਼ੋਰ ਨਾਲ ਵੱਜੀ ਡਰਾਈਵਰ ਸੀਟ 'ਤੇ ਕਿ ਮੇਰੀ ਜਾਨ ਹੀ ਮੁਸੀ ਵੱਜੀ ਆ। ਗੱਡੀ ਮੇਰੀ ਪਲਟ ਗਈ ਨਹਿਰ ਦੇ ਵਿੱਚੋਂ, ਤੁਸੀਂ ਦੇਖ ਸਕਦੇ ਹਾਂ ਕਿ ਮੇਰੀ ਗੱਡੀ ਖੜੀ ਹੈ ਅਤੇ ਐਨ ਕੋਨੇ ਦੇ ਵਿੱਚ ਪੂਰੀ ਗੱਡੀ ਐਂ ਹੋ ਗਈ ਸੀ, ਪੂਰੀ ਟੋਟਲੀ ਲੋਸ ਹੋ ਗਈ ਹੈ, ਐਕਸਲ ਉਕਸਲ ਸਭ ਕੁਝ ਟੁੱਟ ਚੁੱਕਾ ਗੱਡੀ ਦਾ। ਹੁਣ ਇਹ ਕੋਈ ਮੰਨਦਾ ਨਹੀਂ ਪਿਆ ਕਿ ਅਸੀਂ ਪੈਸੇ ਦੇ ਦੇਵਾਂਗੇ, ਅਸੀਂ ਕੋਈ ਦੋਨੇ ਪਾਰਟੀਆਂ ਗਲਤੀ ਨਹੀਂ ਮੰਨਦੀਆਂ ਪਿਆ। ਤੀਜਾ ਬੰਦਾ ਐਵੇਂ ਬਿਨਾਂ ਗੱਲ ਤੋਂ ਪਰੇਸ਼ਾਨ ਹੋ ਗਿਆ ਸਵੇਰ ਤੋਂ 2:30 ਘੰਟੇ। ਤੁਸੀਂ ਭਾਅ ਜੀ ਕਿੰਨੇ ਜਾਣੇ ਸੀਗੇ? ਭਾਅ ਜੀ ਮੈਂ ਇਕੱਲਾ ਜਾ ਰਿਹਾ ਸੀ ਗੱਡੀ। 60 ਕੇ ਦਾ 60 ਪਰ ਪਲੇਟ ਤੋਂ ਪਿਆ ਹੋ ਗਿਆ, ਮੇਰੇ ਸਿਰ ਲੱਗਾ ਤਾਕੀ ਦੇ ਵਿੱਚ, ਹੱਲੇ ਵੀ ਸਾਹ ਸਾਹ ਹੋ ਰਿਹਾ, ਐਨੀ ਮੇਰੇ ਡਰਾਈਵਰ ਸਾਈਡ 'ਤੇ ਆ ਕੇ ਵੱਜੀ ਹੈ। ਭਾਅ ਜੀ ਡਰਾਈਵਰ ਸਾਈਡ ਤੋਂ ਤੁਸੀਂ ਆਪ ਤੋਂ ਸਾਰੀ ਸਿੱਧੀ ਆਏ ਗੱਡੀ ਵੱਜਦੀ ਆ, ਕੀ ਹੋ ਸਕਦਾ ਸੀ? ਅਤੇ ਤੁਸੀਂ ਤੁਹਾਡਾ ਪਿੰਡ ਕਿਹੜਾ ਭਾਅ ਜੀ? ਮੈਂ ਫਗਵਾੜੇ ਤੋਂ ਆ ਰਿਹਾ ਸੀ, ਮੇਰੀ ਸਾਂਝਾ ਸ਼ੋਪ ਆ, ਮੈਡੀਕਲ ਸ਼ੋਪ ਆ ਮੇਰੀ ਸਾਂਝਾ, ਮੈਂ ਉੱਥੇ ਜਾ ਰਿਹਾ ਸੀਗਾ। ਮੈਂ ਤਾਂ ਬਹੁਤ ਪਿੱਛੇ ਸੀ ਭਾਅ ਜੀ, 1/2 ਕਿਲੋਮੀਟਰ ਪਿੱਛੇ ਹੋਣਾ ਘੱਟੋ ਘੱਟ। ਅਤੇ ਸਵਿਫਟ ਦੂਜੀ ਗੱਡੀ ਵਾਲੇ ਹੁਣ ਕਿੱਧਰ ਗਏ? ਇੱਕ ਗੱਡੀ ਭਾਅ ਜੀ ਉਹ ਚੌਂਕੀ ਲੈ ਗਏ ਆ, ਅਤੇ ਇੱਕ ਗੱਡੀ ਇੱਥੇ ਖੜੀ ਆ ਉਹਨਾਂ ਦੀ I-20, ਅਤੇ ਹਲੇ ਉਹ ਕੋਈ ਫੈਸਲਾ ਨਹੀਂ ਕਰ ਰਿਹਾ। ਉਹ ਕਹਿੰਦੇ ਜੀ ਤੁਹਾਡਾ ਕੋਈ ਫੈਸਲਾ ਹੁੰਦਾ ਹੈ, ਇਹਦੇ ਮੁੰਡੇ ਦਾ ਖਰਚਾ ਦੇ ਦਿਓ। ਉਹ ਦੋਨੇ ਜਾਣੇ ਪਾਰਟੀਆਂ ਨਹੀਂ ਮੰਨ ਰਹੀ ਆ ਉਹ, ਅਤੇ ਹੁਣ ਇਹਦੇ ਵਿੱਚ ਦੇਖੋ ਮੇਰੀ ਤਾਂ ਕੋਈ ਗਲਤੀ ਨਹੀਂ, ਇਹਦਾ ਉਹਨਾਂ ਨੇ ਆਪਣੇ ਆਪ ਦੇ ਕਰਨਾ। ਸਾਨੂੰ ਸਤਰਾਹ ਮਿਲੀ ਕਿ ਨਵਾਂ ਸ਼ਹਿਰ ਦੇ ਇਲਾਕੇ ਦੇ ਵਿੱਚ ਮੁਕੰਦਪੁਰ ਫਗਵਾੜਾ ਰੋਡ 'ਤੇ 3 ਗੱਡੀਆਂ ਦਾ ਐਕਸੀਡੈਂਟ ਹੋ ਗਿਆ। ਅਸੀਂ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ, ਮੌਕੇ 'ਤੇ ਲੋਕਾਂ ਨੇ ਦੱਸਿਆ ਕਿ ਵੀ ਇੱਕ ਗੱਡੀ ਜਿਹੜੀ I-20 ਇਹ ਆ ਰਹੀ ਸੀਗੀ ਫਗਵਾੜੇ ਤੋਂ ਦੋਸਾਂਝਾ ਸਾਈਡ ਨੂੰ, ਅਤੇ 2 ਗੱਡੀਆਂ ਸਵਿਫਟ ਜਿਹੜੀਆਂ ਉਹ ਜਾ ਰਹੀਆਂ ਸੀਗੀਆਂ ਦੋਸਾਂਝਾ ਤੋਂ ਫਗਵਾੜੇ। ਜਿਹੜੀ I-20 ਗੱਡੀ ਆ ਉਹਦਾ ਡਰਾਈਵਰ ਤੋਂ ਸੰਤੁਲਨ ਵਿਗੜ ਗਿਆ, ਅਚਾਨਕ ਸਵਿਫਟ ਵੱਜ ਗਈ, ਜਿਹਦੇ ਨਾਲ ਸਵਿਫਟ ਦੋਨਾਂ ਗੱਡੀਆਂ ਦਾ ਜ਼ਿਆਦਾ ਨੁਕਸਾਨ ਹੋਇਆ। ਅਤੇ ਇਹ ਆ ਵੀ ਕਿਸੇ ਬੰਦੇ ਦੇ ਹੋਰ ਸੱਟ ਚੋਟ ਨਹੀਂ ਲੱਗੀ, ਅਤੇ ਜੋ ਵੀ ਅਗਲੇ ਬਿਆਨ ਲਿਖਾਉਣਗੇ ਉਸ ਹਿਸਾਬ ਨਾਲ ਹੀ ਕਾਰਵਾਈ ਕਰਕੇ। ਕਿੰਨੇ ਜ਼ਖਮੀ ਹੋਏ ਜੀ? ਇਹਦੇ ਵਿੱਚ ਕੋਈ ਬੰਦਾ ਜ਼ਖਮੀ ਨਹੀਂ ਹੋਇਆ, ਪਰਮਾਤਮਾ ਨੇ ਸਾਰਿਆਂ ਨੂੰ ਬਚਾ ਦਿੱਤਾ, ਪਰ ਗੱਡੀਆਂ ਦਾ ਨੁਕਸਾਨ ਜ਼ਿਆਦਾ ਹੋਇਆ। ਕੋਈ ਹਸਪਤਾਲ ਗਿਆ ਬੰਦਾ? ਹਜੇ ਕੋਈ ਨਹੀਂ ਹਸਪਤਾਲ, ਐਕਸੀਡੈਂਟ ਦੀ ਸਿੱਟੇ ਨਹੀਂ ਲੱਗੀ ਹੈਗੀ, ਏਅਰ ਬੈਗ ਖੁੱਲ ਗਿਆ, ਇਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਅਤੇ ਨਵੇਂ ਸ਼ਹਿਰ ਦੇ ਏਰੀਆ ਕਿਹੜਾ ਹੈ ਜੀ? ਕਿਹੜੀ ਚੌਕੀ? ਮੇਲੀ ਦਾ ਇਲਾਕਾ ਪੈਂਦਾ ਥਾਣਾ ਬਰਾਮ ਦਾ, ਅਤੇ ਜਿਹੜਾ ਸ਼ਹੀਦ ਭਗਤ ਸਿੰਘ ਦੇ ਇਲਾਕੇ 'ਚ ਜ਼ਿਲ੍ਹੇ ਦੇ ਐਕਸੀਡੈਂਟ।